ਸਤਿ ਸ੍ਰੀ ਅਕਾਲ ਜੀ ਸਕੂਲ ਥਾਣੇ ਤੋਂ ਲਾਈਵ ਹੈਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਕਿ ਪਰਸੋਂ ਰਾਤ ਦਾ ਇੱਕ ਕਤਲ ਹੋਇਆ ਜਿਹੜਾ ਪਿੰਡ ਸਧਾਣੇ ਕੱਲ ਵੀ ਲਗਾਤਾਰ ਸਾਰਾ ਦਿਨ ਜਿਹੜਾ ਉਹ ਵੱਖ ਵੱਖ ਜਥੇਬੰਦੀਆਂ ਵੱਲੋਂ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਵੱਖ ਵੱਖ ਪਿੰਡਾਂ 'ਚ ਨਸ਼ਾ ਰੋਕੂ ਕਮੇਟੀਆਂ ਉਹਨਾਂ ਵੱਲੋਂ ਪਿੰਡ ਵੱਲੋਂ ਕੱਲ ਸਾਰਾ ਦਿਨ ਜਿਹੜਾ ਥਾਣਾ ਧਰਨਾ ਥਾਣੇ ਦੇ ਵੀ ਧਰਨਾ ਲੱਗਿਆ ਰਿਹਾ ਸੋ ਲਗਾਤਾਰ ਪ੍ਰਸ਼ਾਸਨ ਗੱਲਾਂ ਨੂੰ ਘੁਮਾ ਕੇ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਹਿਲੀ ਗੱਲ ਤਾਂ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਕ ਲਗਾਤਾਰ ਸੀਸੀਟੀਵੀ ਫੁਟੇਜ ਚਲਾ ਕੇ ਕਿਹਾ ਜਾ ਰਿਹਾ ਕਿ ਇਹਨੂੰ ਮਾਰਨ ਵਾਲੇ ਕੋਈ ਹੋਰ ਹੈ ਜੀ ਇਹ ਹਲੇ ਜਾਂਚ ਦਾ ਵਿਸ਼ਾ ਇਹ ਜਾਂਚ ਪੜਤਾਲ ਕਿਹਨੇ ਕਰਨੀ ਹੈ ਇਨਵੈਸਟੀਗੇਸ਼ਨ ਕਿਹਨੇ ਕਰਨੀ ਹੈ ਪੁਲਿਸ ਨੇ ਕਰਨੀ ਹੈ ਇਹ ਸੀਸੀਟੀਵੀ ਵੀ ਉਹਨਾਂ ਕੋਲੇ ਆ ਉਹਨਾਂ ਨੇ ਰਾਤ ਇਹ ਜਿਹੜਾ ਮੀਡੀਆ ਤੇ ਚਲਾਈ ਆ ਜਾਣੇ ਕਿ ਇਸ ਕਹਾਣੀ ਨੂੰ ਇੱਕ ਨਵਾਂ ਮੋੜਾ ਵੀ ਉਹਨਾਂ ਨੇ ਨਹੀਂ ਮਾਰਿਆ ਜੀ ਇਹਨਾਂ ਨੇ ਮਾਰਿਆ ਫਲਾਣਾ ਨੇ ਮਾਰਿਆ ਸਭ ਤੋਂ ਪਹਿਲਾਂ ਅਸੀਂ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੇ ਇਨਸਾਨ ਦਾ ਕਤਲ ਹੋਇਆ ਉਹ ਇਕੱਲਾ ਉਹਦੇ ਘਰ ਵਾਲੀ ਹੈ ਨਹੀਂ 11-12 ਸਾਲ ਦਾ ਉਹਦੇ ਇੱਕ ਮੁੰਡਾ ਹੈ ਰੋਟੀ ਵੀ ਘਰੇ ਉਹੀ ਲਾਉਂਦਾ ਸੀ ਉਹਨੂੰ ਸਕੂਲ ਵੀ ਨਵਾ ਕੇ ਉਹੀ ਤੋਰਦਾ ਸੀ ਉਹਨੂੰ ਤੇ ਜਦੋਂ ਉਹ ਪਹਿਰੇ ਤੇ ਗਿਆ ਰਾਤ ਨੂੰ ਆਪਣੇ ਘਰੇ ਜੰਦਾ ਲਾ ਕੇ ਗਿਆ ਜਵਾਕ ਨੂੰ ਘਰੇ ਪਾ ਕੇ ਅੰਦਰ ਕਮਰੇ ਚ ਤੇ ਵੱਡੇ ਬਾਰ ਨੂੰ ਜੰਦਾ ਲਾ ਕੇ ਬੰਦਾ ਪਹਿਰੇ ਤੇ ਗਿਆ ਕਿਉਂ ਆ ਸਵਾਲ ਇਹ ਪੈਦਾ ਹੁੰਦਾ ਜਾਂ ਤਾਂ ਕੋਈ ਸਾਨੂੰ ਕਹਿੰਦੇ ਵੀ ਭਾਈ ਉਹ ਆਪਣੀ ਕੋਈ ਨਿੱਜੀ ਕੀ ਉਹਦੀ ਜਾਇਦਾਦ ਸੀ ਕੋਈ ਜ਼ਮੀਨ ਸੀ ਕੋਈ ਹੋਰ ਸੀ ਉਹਦੀ ਉਹ ਰਾਖੀ ਕਰਨ ਗਿਆ ਜਾਂ ਉਹ ਕੋਈ ਭਾਰਤ ਜਾਂ ਚੀਨ ਦੇ ਬਾਰਡਰ ਤੇ ਜੰਗ ਲੜਨ ਗਿਆ ਵੀ ਭਾਈ ਉਹਦਾ ਉੱਥੇ ਮਾਰਿਆ ਗਿਆ ਉਹ ਤਾਂ ਜੇ ਗਿਆ ਤਾਂ ਉਹਦਾ ਜਾਣ ਦਾ ਕਾਰਨ ਇੱਕ ਵਾਰ ਨਸ਼ਾ ਚੱਟਾ ਜਿਹਦੇ ਨਾਲ ਸਾਡੇ ਪੰਜਾਬ ਦੀ ਜਵਾਨੀ ਮਰ ਰਹੀ ਹੈ ਕਮੇਟੀਆਂ ਬਣ ਰਹੀਆਂ ਨੇ ਕਮੇਟੀਆਂ ਬਣੀਆਂ ਕਮੇਟੀਆਂ ਨੇ ਪਿੰਡੋ ਪਿੰਡੀ ਨਾਕੇ ਲਾਏ ਠੱਲ ਵੀ ਪਈ ਤਾਂ ਉਹਦਾ ਕਾਰਨ ਉੱਥੇ ਉਹਦਾ ਜਾਣਾ ਬਣਦਾ ਉਹ ਗਿਆ ਬੰਦੇ ਆਉਂਦੇ ਆ ਪਹਿਲਾਂ ਨਾਕਾ ਤੋੜ ਕੇ ਭਾਈ ਜਦ ਦੂਜਾ ਨਾਕਾ ਤੋੜਦੇ ਆ ਉੱਥੇ ਉਹਦਾ ਕਤਲ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਹੁਣ ਸਰਕਾਰ ਜਾਂ ਪ੍ਰਸ਼ਾਸਨ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੁਣ ਕੱਲ੍ਹ ਦੇ 2 ਲੱਖ ਲੈ ਲਓ ਜੀ 3 ਲੱਖ ਲੈ ਲਓ ਜੀ 2 ਲੱਖ ਆ ਦੇ ਜਾਂਦਾ ਜੀ 5 ਲੱਖ ਲੈ ਲਓ ਜੀ ਐਂ ਕਰੀ ਜਾਂਦੇ ਆ ਵੀ ਜਿਹੜੇ ਬੰਦੇ ਕੋਲ 2.5 ਕਿੱਲੇ ਪੈਲੀ ਆ 5-5.5 ਲੱਖ ਰੁਪਇਆ ਕਰਜ਼ਾ ਵੀ ਉਹਦੇ ਸਿਰ ਤੇ ਆ ਉਹ ਬੰਦਾ ਕੀ ਯਾਰ 5 ਲੱਖ ਰੁਪਇਆ ਕੋਈ ਇੱਥੇ ਭੇੜ ਬੱਕਰੀ ਮਰੀ ਆ ਇੱਕ ਇਨਸਾਨ ਮਰਿਆ ਯਾਰ ਉਹ ਮਰਿਆ ਵੀ ਪੁਲਿਸ ਦਾ ਕੰਮ ਕਰਦਾ ਮਰਿਆ ਜਿਹੜੀ ਡਿਊਟੀ ਪੁਲਿਸ ਦੀ ਆ ਚਿੱਟਾ ਰੋਕਣਾ ਕਿਹਨੇ ਆ ਪੁਲਿਸ ਨੇ ਪ੍ਰਸ਼ਾਸਨ ਹੈ ਕਿਹਦੇ ਖਾਤਰ ਆ ਜੇ ਅਸੀਂ ਆਪਣੇ ਜੇਬਾਂ ਚੋਂ ਪੈਸਾ ਦਿੰਦੇ ਹਾਂ ਟੈਕਸ ਭਰਦੇ ਹਾਂ ਉਹ ਖਜ਼ਾਨੇ 'ਚ ਪੈਸਾ ਜਾਂਦਾ ਤੇ ਉੱਥੋਂ ਉਹ ਪੈਸਾ ਜਿਹੜਾ ਹੈਗਾ ਸਿੱਧਾ ਇਹਨਾਂ ਦੀਆਂ ਜੇਬਾਂ 'ਚ ਗਾਹਾਂ ਆਉਂਦਾ ਤਨਖਾਹਾਂ ਬਣਦੀਆਂ ਨੇ ਸਾਡੀਆਂ ਜੇਬਾਂ 'ਚੋਂ ਗਏ ਹੋਏ ਪੈਸੇ ਨਾਲ ਇਹਨਾਂ ਤਨਖਾਹਾਂ ਬਣਦੀਆਂ ਪਰਿਵਾਰ ਪਲਦੇ ਆ ਇਹਨਾਂ ਦੀ ਪ੍ਰਸ਼ਾਸਨਿਕ ਤੌਰ ਦੇ ਉੱਤੇ ਇੱਕ ਜ਼ਿੰਮੇਵਾਰੀ ਬਣਦੀ ਆ ਨਸ਼ੇ ਨੂੰ ਚਿੱਟੇ ਨੂੰ ਰੋਕਣ ਪਰ ਉਹਨੇ ਲਗਾਤਾਰ ਉਸ ਗੱਲ ਨੂੰ ਹੋਰ ਦਿਸ਼ਾ ਦੇ ਰਹੇ ਨੇ ਜੀ ਕਿ ਫਲਾਣੇ ਬੰਦੇ ਨੇ ਮਾਰਿਆ ਜੀ ਫਲਾਣਾ ਦਿਓ ਜੀ ਫਲਾਣਾ ਦਿਓ ਸੋ ਅਸੀਂ ਕਹਿੰਦੇ ਹਾਂ ਇਹ ਤੁਸੀਂ ਜਾਂਚ ਕਰੋ ਇਹ ਪੋਸਟਮਾਰਟਮ ਕਰੋ ਪੋਸਟਮਾਰਟਮ ਤਾਂ ਰਿਪੋਰਟ ਦੇ ਵਿੱਚ ਆਊਗਾ ਵੀ ਉਹਦੇ ਸੱਟ ਮੂਹਰੋਂ ਲੱਗੀ ਹੈ ਕਿਉਂਕਿ ਉਹਦੇ ਸਾਰਾ ਖੂਨ ਮੂੰਹ 'ਚੋਂ ਆ ਰਿਹਾ ਸੀ ਕੰਨਾਂ 'ਚੋਂ ਆ ਰਿਹਾ ਸੀ ਮੌਕੇ ਤੇ ਉਸ ਸਮੇਂ ਪ੍ਰਸ਼ਾਸਨ DSP ਸਾਨੂੰ ਇਹ ਕਹਿ ਰਿਹਾ ਸੀਗਾ ਕੱਲ੍ਹ ਲਗਾਤਾਰ ਦੁਪਹਿਰ ਤੱਕ CCTV ਆਉਣ ਤੋਂ ਪਹਿਲਾਂ ਕਿ ਉਹ ਜੀ ਇੱਕ ਕਿਰਚ ਮੰਨ ਗਏ ਜੀ ਉਹਨਾਂ ਕੋਲ ਕੋਈ ਤਿੱਖੀ ਸਰੀਏ ਵਾਲੀ ਚੀਜ਼ ਸੀ ਜੀ ਉਹਨਾਂ ਕੋਲ ਆਹ ਸੀ ਜੀ ਉਹ ਆਹ ਸੀ ਉਹ ਜਾਣੇ ਉੱਥੇ ਸਾਰੀਆਂ ਗੱਲਾਂ ਉਸ ਸਮੇਂ ਤੱਕ ਇਹ ਚੱਲ ਗਈਆਂ ਪਰ CCTV ਤੋਂ ਬਾਅਦ ਇਹਨਾਂ ਦਾ ਨਜ਼ਰੀਆ ਬਦਲ ਗਿਆ ਨਜ਼ਰੀਆ ਪਹਿਲਾਂ ਹੀ ਬਦਲਿਆ ਹੋਇਆ ਸੀ ਪਹਿਲੀ ਇਹ ਗੱਲ ਤੇ ਤਿਆਰ ਨਹੀਂ ਸੀ ਜੀ ਇੰਨੇ ਪੈਸੇ ਕਿਵੇਂ ਦੇ ਦੇਣਗੇ ਜੀ ਐਂ ਕਿਵੇਂ ਸਰਕਾਰਾਂ ਦੇ ਦੇਣਗੀਆਂ ਜੀ ਸੋ ਜੋ ਜੇ ਸਰਕਾਰ ਦਾ ਕੰਮ ਕਰਦਾ ਬੰਦਾ ਮਰਦਾ ਤਾਂ ਉਹ ਸਰਕਾਰ ਦਾ ਕੰਮ ਪੁਲਿਸ ਦਾ ਕੰਮ ਕਰਦਾ ਉਹਦੀ ਮੌਤ ਹੋ ਗਈ ਸੋ ਇਸ ਲਈ ਕੱਲ੍ਹ ਦਾ ਕੋਈ ਇਹ ਰਾਹ ਨਹੀਂ ਦੇ ਰਹੇ ਉਲਟਾ ਕਹਾਣੀ ਨੂੰ ਮੋੜਾ ਹੋਰ ਦੇ ਰਹੇ ਆ ਸੋ ਇਸ ਕਰਕੇ ਬਈ ਅੱਜ ਹੁਣ ਤਕਰੀਬਨ 2 ਵੱਜ ਗਏ 2 ਕੁ ਵੱਜ ਗਏ ਆ ਤੇ 3 ਕੁ ਵਜੇ ਦਾ ਸਮਾਂ 3 ਕੁ ਵਜੇ ਆਪਾਂ ਇੱਥੋਂ ਫੂਲ ਥਾਣੇ ਦੇ ਵਿੱਚੋਂ ਰਵਾਨਗੀ ਕਰਨੀ ਹੈ ਜਿਹੜਾ ਨੈਸ਼ਨਲ ਹਾਈਵੇ ਆ ਬਠਿੰਡਾ ਜੀਰਕਪੁਰ ਚੰਡੀਗੜ੍ਹ ਵਾਲਾ ਰਾਮਪੁਰਾ ਫੂਲ ਦੇ ਕੋਲੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਮਾਨ ਇੱਥੇ ਮੌੜਾ ਚੌਂਕ ਮੌੜਾ ਵਾਲੇ ਚੌਂਕ ਦੇ ਵਿੱਚ ਵੱਧ ਤੋਂ ਵੱਧ ਆਪਣੇ ਸਾਧਨ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਗੱਡੀਆਂ ਜੋ ਵੀ ਤੁਹਾਡੇ ਕੋਲ ਸਾਧਨ ਹੈਗੇ ਆ ਉਹ ਆਪੋ ਆਪਣੇ ਸਾਧਨ ਲੈ ਕੇ ਮੌੜਾ ਵਾਲੇ ਚੌਂਕ ਦੇ ਵਿੱਚ ਤੁਸੀਂ ਪਹੁੰਚਣਾ ਸੋ ਇਹ ਤੁਹਾਨੂੰ ਅਪੀਲ ਆ ਸਾਰਿਆਂ ਨੂੰ
ਤੁਸੀਂ ਵੱਧ ਤੋਂ ਵੱਧ ਵੀ ਪਹੁੰਚੋ ਕਿਉਂਕਿ ਜੇ ਇੱਥੇ ਇਹ ਨਾ ਹੱਲ ਹੋਇਆ ਕੋਈ ਉਹਨੂੰ ਵਿਚਾਰੇ ਉਸ ਪਰਿਵਾਰ ਦੀ ਸਹਾਇਤਾ ਨਾ ਹੋਈ 9 ਸਾਲ ਦਾ ਇੱਥੇ ਫਿਰਦਾ ਹੋਣਾ ਮੁੰਡੇ ਨੂੰ ਬੁਲਾਇਓ ਉਹਦੇ ਨੂੰ ਬੁਲਾਇਓ ਬਈ ਯਾਰ ਬੱਚੇ ਨੂੰ ਉਹ ਬੱਚੇ ਦਾ ਕੋਈ ਸਹਾਰਾ ਨਹੀਂ ਇਸ ਵੇਲੇ ਮਾਂ ਉਹਦੀ ਪਹਿਲਾਂ ਹੀ ਹੈ ਨਹੀਂ ਪਿਓ ਦਾ ਮਰ ਗਿਆ ਦਾਦਾ ਦਾ ਮਰਿਆ ਹੋਇਆ ਦਾਦੀ ਉਹਦੀ ਬਜ਼ੁਰਗ ਹੈ ਉਹਦਾ ਕੋਈ ਸਹਾਰਾ ਨਹੀਂ ਇਕੱਲਾ ਜਵਾਕ ਇਕੱਲੇ ਘਰੇ ਰਹਿ ਗਿਆ ਤਾਇਆ ਉਹਦਾ ਜ਼ਰੂਰ ਹੈਗਾ ਉਹਦਾ ਭਰਾ ਹੈਗਾ ਪਰ ਆਪਦਾ ਪਰਿਵਾਰ 'ਚ ਉਹਦਾ ਕੋਈ ਨਹੀਂ ਬਚਿਆ ਦੂਜੀ ਗੱਲ ਇਹਦਾ ਅਸਰ ਹੋਰ ਵੀ ਪੈਣਾ ਜਿੰਨੀਆਂ ਕਮੇਟੀਆਂ ਬਣੀਆਂ ਨੇ ਜੇ ਨਾ ਮਸਲੇ ਦਾ ਹੱਲ ਹੋਇਆ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਮਾਵਾਂ ਨੇ ਆਪਣੇ ਜਵਾਕਾਂ ਨੂੰ ਰੋਕਣਾ ਸ਼ੁਰੂ ਕਰ ਦੇਣਾ ਵੀ ਨਾ ਉੱਥੇ ਨਾਕੇ ਤੇ ਨਾ ਜਾਈ ਉਹ ਦੇਖ ਸਧਾਣੇ ਕੀ ਹੋ ਗਿਆ ਉਹ ਦੇਖ ਢਿੱਲਵਾਂ ਕੀ ਹੋ ਗਿਆ ਫਰੀਦਕੋਟ ਕੋਲ ਸਾਦਕ ਕੋਲੇ ਪਿੰਡ ਉੱਥੇ ਵੀ ਮੁੰਡੇ ਦਾ ਗੋਲੀ ਮਾਰ ਕੇ ਚਿੱਟੇ ਵਾਲੇ ਵੱਲੋਂ ਮਾਰਿਆ ਗਿਆ ਸੀ ਇਹ ਸਰਕਾਰ ਤੇ ਪ੍ਰਸ਼ਾਸਨ ਚਾਹੁੰਦੀ ਸੀ ਵੀ ਅਸੀਂ ਫਾਇਰਿੰਗ ਹੋ ਜਾਈਏ ਇਸੇ ਚੱਕਰ ਚ ਬਾਈ ਇਹਨਾਂ ਦੀ ਗੱਲ ਦੀ ਹੱਡੀ ਬਣਿਆ ਪਿਆ ਸੀਗਾ ਕਮੇਟੀਆਂ ਬਣਾਈਆਂ ਹੈਗੀਆਂ ਇਹਨਾਂ ਦੀ ਗੱਲ ਦੀ ਹੱਡੀ ਬਣੇ ਪਏ ਸੀ ਇਹ ਸੰਯੋਗ ਨਹੀਂ ਕਰਦੇ ਸੀਗੇ ਇਹਨਾਂ ਨੂੰ ਜਿਹੜਾ ਲੋਕ ਇਕੱਠੇ ਹੋਏ ਸੀਗੇ ਨਾ ਉਹ ਕੰਮ ਤਾਂ ਕਰਨਾ ਪੈ ਰਿਹਾ ਸੀਗਾ ਜਿਹੜੀ ਹਾਂ ਗੱਲ ਆ ਹੋ ਗਈ ਇਹਦੇ ਚ ਇਹਨਾਂ ਨੂੰ ਮੌਕਾ ਮਿਲ ਗਿਆ ਅਧੂਰੀ ਪਹਿਲੇ ਗੱਲ ਤਾਂ ਬਾਈ ਅਧੂਰੀ ਵੀਡੀਓ ਜਾਰੀ ਕਰੀ ਹੈ ਇਹਨਾਂ ਨੇ ਨੰਬਰ 1 ਨੰਬਰ 2 ਤੇ ਉਹ ਹੱਟ ਹੀ ਨਹੀਂ ਸੀਗਾ ਇਹ ਜਾਂਚ ਦਾ ਵਿਸ਼ਾ ਸੀਗਾ ਇਹਨਾਂ ਨੇ ਕਿਉਂ ਜਾਗਰ ਕੀਤੀ ਹਾਂਜੀ ਪਹਿਲਾਂ ਪੂਰੀ ਜਾਂਚ ਕਰਦੇ ਸਾਨੂੰ ਵਿਸ਼ਵਾਸ ਚ ਲੈਂਦੇ ਫਿਰ ਜਾ ਕੇ ਵੀਡੀਓ ਜਾਰੀ ਕਰਨ ਦਾ ਹੱਕ ਸੀਗਾ ਪਰ ਨਹੀਂ ਕਾਰਨ ਕੀ ਸੀਗਾ ਵੀ ਜਿਹੜਾ ਇਹ ਧਰਨਾ ਗਾ ਇਹ ਵੱਡਾ ਰੂਪ ਨਾ ਲੈ ਲੇ ਤਾਂ ਕਰਕੇ ਅੱਧੇ ਲੋਕ ਇਹਨਾਂ ਨੇ ਬਣਤੇ ਵੀ ਯਾਰ ਖਾਉਣੀ ਕਮੇਟੀ ਤੋਂ ਮਰੇ ਆ ਖਾਉਣੀ ਉਹ ਮਰ ਕੇ ਗਿਆ ਕਿੱਥੇ ਬਈ ਇਹਦੇ ਸ਼ੋਅ ਕਿੱਥੇ ਹੋ ਰਿਹਾ ਕੀ ਸ਼ੋਅ ਹੋ ਰਿਹਾ ਇੱਕ ਵੀਡੀਓ ਦੇ ਵਿੱਚ ਕੋਈ ਵੀ ਚੀਜ਼ ਆ ਜਿਹੜੀ ਉਹ ਕਲੀਅਰ ਨਹੀਂ ਹੋ ਰਹੀ ਪਰ ਇਹ ਬਾਰੀ ਉਹਦੇ ਤੇ ਐਰੋ ਦੇ ਕੇ ਦਿਖਾ ਰਹੇ ਆ ਬਈ ਉਹੀ ਹੈ ਨਾ ਆ ਪੁੱਤ ਆ ਗਿਆ ਬਾਈ ਦੇਖ ਲਓ ਆ ਬੱਚਾ ਜੀ ਦੀ ਗੱਤਰ ਸੀ ਇਹ ਸਾਰੇ ਖੜੇ ਇਹ ਬੇਟਾ ਜੀ ਭਾਈ ਜਸਵੀਰ ਸਿੰਘ ਜੀ ਦਾ ਹਾਂਜੀ ਬਾਬਾ ਜੀ ਇਹ ਉਹਦਾ ਭਰਾ ਭਾਈ ਸਾਹਿਬ ਨੇ ਇਹ ਸੀਰਾ ਸਿੰਘ ਦਾ ਭਰਾ ਇਹ ਉਹਦਾ ਜਵਾਕ ਹੈ ਮੁੰਡਾ ਸੋ ਯਾਰ ਮਸਲਾ ਸਹੇ ਦਾ ਨਹੀਂ ਗੱਲ ਪਹੇ ਦੀ ਜੇ ਤਾਂ ਰੋਕਣਾ ਜਿਹੜਾ ਚਾਹੁੰਦੇ ਆ ਕਿ ਸਾਡੇ ਜਵਾਕ ਬਚੇ ਰਹਿਣ ਤਾਂ ਫਿਰ ਆ ਕੇ ਨਾਲ ਖੜ ਜਾਓ ਘਰਾਂ 'ਚ ਬੈਠੇ ਨਾ ਗੱਲਾਂ ਟਿੱਪਣੀਆਂ ਕਰਕੇ ਆਪਣਾ ਫਰਜ਼ ਪੂਰਾ ਕਰਦੇ ਕਰੋ ਇੱਥੇ ਹੁਣ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਪ੍ਰਸ਼ਾਸਨ ਨੂੰ ਵੀ ਜ਼ੋਰ ਲੱਗਿਆ ਵੀ ਅਸੀਂ ਇੱਥੋਂ ਪਿੱਛੇ ਨਹੀਂ ਹਟਣਾ ਥੱਲੇ ਕਮੈਂਟਾਂ 'ਚ ਨਾ ਕਹੋ ਵੀ ਲੱਖੇ ਬਹੁਤ ਵਧੀਆ ਕਰੀ ਜਾਂਦਾ ਬਹਾਦਰ ਬਾਈ ਬਹੁਤ ਵਧੀਆ ਕਰਦਾ ਰਘੂ ਬਹੁਤ ਵਧੀਆ ਕਰਦਾ ਅੱਜ ਬਾਈ ਜ਼ਮੀਨ ਤੇ ਆਪਾਂ ਕੰਮ ਕਰਨਾ ਅੱਜ ਆਪਣਾ ਪਹਿਲਾ ਪੇਪਰ ਹੈ ਬਾਈ ਇੱਕ ਨਾ ਬਾਈ ਜੀ ਇੱਕ ਫੇਸਬੁੱਕ ਤੇ ਹੋਰ ਲੋਕ ਕਹੀ ਜਾਂਦੇ ਆ ਵੀ ਆ ਕੇ ਲੱਖਾ ਸਧਾਣਾ ਪੰਜਾਬ ਚ ਬੋਲਦਾ ਰਹਿੰਦਾ ਵੀ ਇਹਦੇ ਪਿੰਡੋਂ ਬਾਈ ਤੋਂ ਨਸ਼ਾ ਨੀ ਬੰਦ ਹੋਇਆ ਮੈਂ ਇਹ ਕਹਿਣਾ ਚਾਹੁੰਦਾ ਵੀ ਫਿਰ ਤੁਸੀਂ ਝੋਟੇ ਵਾਂਗੂ ਲੱਖੇ ਨੂੰ ਕਹਿ ਦੋਗੇ ਵੀ ਹੱਥ ਚ ਕਾਨੂੰਨ ਲੈਂਦਾ ਗਾ ਲੱਖਾ ਦਾ 3 ਸਾਲਾਂ ਦਾ ਬੋਲੀ ਜਾਂਦਾ 5 ਦਾ ਵੀ ਸਾਡੇ ਪਿੰਡ ਚ ਟਾਮ ਆ ਮੈਂ ਜਵਾਬ ਦੇ ਦਿੰਦਾ ਚਿੱਟਾ ਰੋਕਣਾ ਚਿੱਟੇ ਨੂੰ ਫੜਨਾ ਅੰਦਰ ਬੰਦ ਕਰਨਾ ਪ੍ਰਸ਼ਾਸਨ ਦਾ ਪੁਲਿਸ ਦਾ ਡੀਐਸਪੀ ਦਾ ਸੱਚੋ ਦਾ ਕੰਮ ਹੈ ਸਰਕਾਰ ਦਾ ਕੰਮ ਹੈ ਕਿ ਲੱਖੇ ਦਾ ਕੰਮ ਹੈ ਹਾਂ ਲੱਖਾ ਕੀ ਗੱਲ ਹੈ ਵੀ 3 ਸਾਲ ਦਾ ਬੋਲ ਰਿਹਾ ਪਿੰਡ 'ਚ ਹੋਕੇ ਦੇ ਰਿਹਾ ਵੀ ਆਪਣੇ ਪਿੰਡੋਂ ਵਿਕਦਾ ਮੈਂ ਸ਼ਰੇਆਮ ਚੈਨਲਾਂ ਤੇ ਕਿਹਾ ਡੀਐਸਪੀ ਨੂੰ ਅੰਦਰ ਬੈਠੇ ਨੂੰ ਕਿਹਾ ਵੀ ਮੇਰੇ ਪਿੰਡ 'ਚ ਵਾਧੂ ਵਿਕਦਾ ਕੋਈ ਨਹੀਂ ਫੜ ਰਿਹਾ ਕੋਈ ਕਾਰਵਾਈ ਨਹੀਂ ਹੋ ਰਹੀ ਉਲਟਾ ਹੋਰ ਤੁਸੀਂ ਦੇਖੋ ਇਸੇ ਪ੍ਰਸ਼ਾਸਨ ਨੇ ਨਸ਼ਾ ਵੇਚਣ ਦੇ ਲਾਇਸੈਂਸ ਬਣਾ ਰੱਖੇ ਆ ਰਿਕਮੈਂਡ ਕਰਕੇ ਭੇਜੇ ਕਿਹਨੇ ਭੇਜੇ ਉਹ ਜ਼ਿੰਮੇਵਾਰ ਕੌਣ ਹੈ ਜਿਹਨਾਂ ਬੰਦੇ ਨੇ ਕੱਲ੍ਹ ਨੂੰ ਹੋਰ ਬੰਦੇ ਮਾਰਤੇ ਜ਼ਿੰਮੇਵਾਰ ਕੌਣ ਆ ਉਸ ਗੱਲ ਦਾ ਹੁਣ ਅੰਦਰ ਬੈਠਾ ਡੀਐਸਪੀ ਆ ਇਹ ਜ਼ਿੰਮੇਵਾਰ ਨਹੀਂ ਹੈਗਾ ਇਹਦੇ ਕੋਲ ਕਿੰਨੇ ਚਿਰ ਦੀ ਇਤਲਾਹ ਇਸ ਗੱਲ ਦੀ ਐਸਐਸਪੀ ਬਠਿੰਡੇ ਕੋਲ ਕਿੰਨੇ ਚਿਰ ਦੀ ਇਤਲਾਹ ਇਸ ਗੱਲ ਦੀ ਆ ਕੱਲ ਨੂੰ ਕਿਸੇ ਨੂੰ ਬੰਦੇ ਨੂੰ ਮਾਰ ਦੇਣਗੇ ਜਾਂ ਧਮਕੀਆਂ ਦਿੰਦੇ ਆ ਤਾਂ ਜ਼ਿੰਮੇਵਾਰ ਕੌਣ ਆ ਸੋ ਕੰਮ ਮੇਰਾ ਨਹੀਂ ਮੇਰਾ ਕੰਮ ਲੋਕਾਂ ਨੂੰ ਜਗਾਉਣਾ ਉਹੀ ਗੱਲ ਆ ਜਾਂਦੀ ਹੈ ਉਹ ਝੋਟੇ ਵਾਲੀ ਗੱਲ ਝੋਟੇ ਨੇ ਤਾਂ ਕੁਛ ਕੀਤਾ ਵੀ ਨਹੀਂ ਸੀ ਆਹ 2 ਮਹੀਨੇ ਹੋ ਗਏ ਅੰਦਰ ਆ ਆਹ ਮੰਡੀ ਕਲਾਣਾ ਨੇ ਕੀ ਕੀਤਾ ਸੀ ਉਹਨਾਂ ਦੇ ਪਰਚਾ ਦੇਤਾ ਕਮੇਟੀ ਤੇ ਡੀਡੀਆਰ ਕੱਟ ਕੇ ਰੱਖਤੀ ਆਹ ਖੜੇ ਆ ਸਾਰੇ ਜਿਹੜੀ ਅਗਲੀ ਗੱਲ ਹੈ ਅਸੀਂ ਇਹ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਡੀਐਸਪੀ ਨੂੰ ਖਾਸ ਕਰਕੇ ਜਾਂ ਜਿਹੜਾ ਸਮੁੱਚੇ ਪ੍ਰਸ਼ਾਸਨ ਇੱਥੇ ਕੰਮ ਕਰ ਰਿਹਾ ਕੱਲ ਸਾਡੇ ਨਾਲ ਸਾਰੀ ਦਿਹਾੜੀ ਐਸਪੀ ਸਾਹਿਬ ਬੈਠੇ ਰਹੇ ਆ ਡੀਐਸਪੀ ਬੈਠਾ ਰਿਹਾ ਤੇ ਤਹਿਸੀਲਦਾਰ ਸਾਹਿਬ ਬੈਠੇ ਰਹੇ ਆ ਵੀ ਇਹ ਜਦੋਂ ਸਾਨੂੰ ਹਰ ਗੱਲ ਤੋਂ ਰੋਕ ਰਹੇ ਆ ਇੱਕ ਪਾਸੇ ਤਾਂ ਸੀਐਮ ਸਾਹਿਬ ਕਹਿ ਰਿਹਾ ਕਿ ਪਬਲਿਕ ਦਾ ਲੋਕ ਮੈਨੂੰ ਸਾਥ ਦੇਣ ਹੁਣ ਸਾਨੂੰ ਇਹ ਕਲੀਅਰ ਕਰਨ ਵੀ ਸਾਥ ਕਿਸ ਤਰ੍ਹਾਂ ਦਈਏ ਕਮੇਟੀਆਂ ਕਹਿੰਦੇ ਵੀ ਤੁਸੀਂ ਪਹਿਰੇ ਲਾਇਆ ਤੇ ਕਿਉਂ ਰੋਕਦੇ ਹੋ ਕਿਸੇ ਨੂੰ ਤੁਸੀਂ ਤਲਾਸ਼ੀ ਨਹੀਂ ਲੈਣੀ ਜਦੋਂ ਕਿ ਅਸੀਂ ਅੱਜ ਤੱਕ ਸਾਡੇ ਹਲਕੇ 'ਚ ਕੋਈ ਇਸ ਤਰ੍ਹਾਂ ਦਾ ਕੋਈ ਵੀ ਕੇਸ ਨਹੀਂ ਆ ਕੇਸ ਨੂੰ ਛੱਡ ਕੇ ਜਿਹੜੇ ਕਿਸੇ ਨਾਲ ਸਾਡੀ ਤਕਰਾਰ ਹੋਈ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਈ ਹੋਵੇ ਇੱਕ ਗੱਲ ਹੋਰ ਸਾਫ ਕਰ ਦੇਣਾ ਚਾਹੁੰਦੇ ਆ ਹੁਣ ਪ੍ਰਸ਼ਾਸਨ ਦਾ ਇੱਕ ਹੋਰ ਗੱਲ ਵੀ ਜ਼ੋਰ ਲੱਗਿਆ ਹੋਇਆ ਇਹ ਵਿੱਚੋਂ ਬੰਦਿਆਂ ਨੂੰ ਉਂਗਲਾਂ ਲਾ ਕੇ ਜਿੰਨੇ ਆ ਲੜਾਈ ਲੜ ਰਹੇ ਬੰਦੇ ਨੇ ਜਾਂ ਕਮੇਟੀਆਂ ਨੇ ਬਣੀਆਂ ਹੋਈਆਂ ਇਹਨਾਂ ਦਾ ਟਕਰਾਅ ਲੋਕਾਂ ਨਾਲ ਕਰਾਉਣਾ ਚਾਹੁੰਦੇ ਆ ਇਹ ਟਕਰਾਅ ਕਰਾਉਣਗੇ ਇਹ ਗੱਲ ਤੋਂ ਵੀ ਆਪਾਂ ਬਚਣਾ ਤੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਗੱਲ ਯਾਦ ਰੱਖਿਓ ਲਗਾਤਾਰ ਹੋਰ ਬੰਦੇ ਬਰਾਬਰ ਖੜੇ ਕਰ ਰਿਹਾ ਪ੍ਰਸ਼ਾਸਨ ਵੀ ਜਿਹੜੇ ਆ ਧਰਨਾ ਲਾਈ ਬੈਠੇ ਆ ਸੰਸਕਾਰ ਨਹੀਂ ਕਰ ਰਹੇ ਉਹਦਾ ਇਨਸਾਫ ਮੰਗ ਰਹੇ ਆ ਉਹਦੇ ਪਰਿਵਾਰ ਨੂੰ ਸਹਾਇਤਾ ਮੰਗ ਰਹੇ ਆ ਉਹਦੇ ਖਿਲਾਫ਼ ਪ੍ਰਸ਼ਾਸਨ ਬੰਦੇ ਕਰਕੇ ਟਕਰਾਅ ਵੀ ਕਰਾਊਗਾ ਲੋਕਾਂ ਚ ਇਹ ਗੱਲ ਯਾਦ ਰੱਖਿਓ
ਤਾਂ ਇਹਦੀ ਜ਼ਿੰਮੇਵਾਰੀ ਇੱਥੋਂ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੱਲ ਨੂੰ ਕੋਈ ਨੁਕਸਾਨ ਕਿਸੇ ਬੰਦੇ ਦਾ ਹੁੰਦਾ ਤਾਂ ਇੱਥੇ ਲੱਖੇ ਬਾਈ ਹੁਣ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਬਾਈ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕੁਛ ਨਹੀਂ ਕਹਿਣਾ ਉੱਥੇ ਉਹੀ ਗੱਲਾਂ ਇੱਕ ਬੱਕਰੀ ਦਾ ਮੁੱਲ ਵੀ ਦੇ ਰਹੇ ਇਨਸਾਨ ਮਰਿਆ ਯਾਰ 5 ਲੱਖ ਲੈ ਲਓ ਜੀ ਐ ਲੈ ਲਓ ਜੀ ਉੱਥੇ ਹੀ ਖੜੇ ਆ ਕੱਲ ਵਾਲੀ ਗਲਤੀ ਖੜੇ ਆ ਅਸੀਂ ਕਹਿੰਦੇ ਦਾ ਕਰਜ਼ਾ ਮਾਫ ਹੋ ਜੇ ਇਹਨੂੰ ਬਣਦਾ ਯੋਗ ਜਿਹੜਾ ਸਰਕਾਰਾਂ ਯਾਰ ਕਿੰਨਾ ਕਿੰਨਾ ਖਰਚਾ ਫਾਲਤੂ ਕਰ ਰਹੀ ਹੈ ਕਿੰਨਾ ਇਸ਼ਤਿਹਾਰਾਂ ਦੇ ਉੱਤੇ ਹੋਰ ਕੰਮਾਂ ਦੇ ਖਰਚ ਕਰ ਰਹੀ ਹੈ ਤੇ ਕਿਹਦਾ ਕੋਈ ਜਵਾਕ ਦਾ ਜਵਾਕ ਖੜਾ ਤਾਂ ਕੋਈ ਬਾਲੀਵਾਲ ਸੀ ਨਹੀਂ ਰਿਹਾ ਆਹ ਤਾਇਆ ਮੈਂ ਮੰਨਦਾ ਪਰਿਵਾਰ ਮੈਂਬਰ ਖੜਾ ਜ਼ਰੂਰ ਪਰ ਇਹਦਾ ਇਹਦੇ ਪਰਿਵਾਰ ਚੋਂ ਨਾ ਮਾਂ ਰਹੀ ਹੈ ਨਾ ਪਿਓ ਰਿਹਾ ਤੁਸੀਂ ਬਾਈ ਸਾਰੇ ਦੱਸ ਦਿਓ ਵੀ 5 ਲੱਖ ਨਾਲ ਦੀ ਜ਼ਿੰਦਗੀ ਲੰਘ ਜੂਗੀ ਲੋਕ ਦੱਸ ਜਾਣ ਜਿਹੜੇ ਕਮੈਂਟ ਕਰਦੇ ਹੁੰਦੇ ਆ ਸਾਨੂੰ ਕਿ ਅਸੀਂ ਗਲਤ ਕਰ ਰਹੇ ਹਾਂਗੇ ਬਾਈ ਜਿਹੜਾ ਉਹ ਬੰਦਾ ਮਰਿਆ ਹੈਗਾ ਉਹ ਲੋਕ ਸੇਵਾ ਕਰਦਾ ਹੋਇਆ ਮਰਿਆ ਹੈਗਾ ਤਾਂ ਫਿਰ ਬਾਈ ਜਦੋਂ ਇੱਕ ਮੁਲਾਜ਼ਮ ਮਰਦਾ ਹੁੰਦਾ ਹੈਗਾ ਉਹਨੂੰ ਇੰਨੇ ਬੰਦੇ ਮੈਂ ਕਹਿੰਦਾ ਉਹ ਪੁਲਿਸ ਦੀ ਡਿਊਟੀ ਕਰਦਾ ਮਰਿਆ ਜੋ ਕੰਮ ਪੁਲਿਸ ਨੇ ਕਰਨਾ ਨਾਕੇ ਲਾਉਣੇ ਆ ਪਹਿਰੇ ਲਾਉਣੇ ਆ ਜੋ ਚੱਕਰਾਂ ਨੂੰ ਫੜਨਾ ਉਹ ਕਰਦਾ ਮਰਿਆ ਉਹ ਕੋਈ ਨਿੱਜੀ ਕੰਮ 'ਚ ਤਾਂ ਮਰਿਆ ਨਹੀਂ ਕੋਈ ਦੁਸ਼ਮਣੀ 'ਚ ਨਹੀਂ ਮਰਿਆ ਕੋਈ ਲਾਗ ਡਾਟ 'ਚ ਤਾਂ ਮਰਿਆ ਨਹੀਂ ਬੰਦਾ ਸਮਾਂ ਕਲੀਅਰ ਕਰ ਦੇ ਸੋ ਆਪਾਂ ਇੱਥੋਂ ਹੁਣ 3 ਵਜੇ ਦੇ ਕਰੀਬ ਜਿਹੜਾ ਫੂਲ ਥਾਣੇ ਤੋਂ ਆਪਾਂ ਚਾਲੇ ਪਾਵਾਂਗੇ ਮੌੜ ਚੌਂਕ 'ਚ ਪਹੁੰਚਣਾ ਸੋ ਮੇਰਾ ਵੀਰ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੰਨੇ ਭਰਾ ਸਾਡੇ ਮੌੜ ਚੌਂਕ 'ਚ ਪਹੁੰਚ ਸਕਦੇ ਆ ਖੁੱਲ੍ਹਾ ਪਹੁੰਚੋ ਸਾਰਿਆਂ ਨੂੰ ਖੁੱਲ੍ਹਾ ਤਾਂ ਮੇਰਾ ਵੀਰ ਧੜਿਆਂ ਤੋਂ ਉੱਪਰ ਉੱਠ ਕੇ ਆਓ ਜੇ ਚਾਹੁੰਦੇ ਇਹ ਮਸਲਾ ਹੱਲ ਕਰਨਾ ਨਹੀਂ ਹੈ ਸਰਕਾਰ ਨੇ ਅੱਜ ਲੋਕਾਂ ਦੇ ਉੱਤੋਂ ਦੀ ਪੈ ਗਈ ਇਸ ਮਸਲੇ ਨੂੰ ਦੱਬਦਾ ਕੱਲ ਨੂੰ ਕਮੇਟੀਆਂ ਕਮੂਟੀਆਂ ਕਿਸੇ ਨੇ ਨਾਕੇ ਤੇ ਨਹੀਂ ਆਏ ਖੜਨਾ ਸਭ ਲੋਕਾਂ ਨੇ ਡਰ ਜਾਣਾ ਵੀ ਉੱਥੇ ਉਹ ਬੰਦਾ ਮਰ ਗਿਆ ਉੱਥੇ ਮਰ ਗਿਆ ਛੱਡ ਭਰੇ ਆਪਾਂ ਨੂੰ ਕੱਲ ਨੂੰ ਕੋਈ ਮਾਰ ਗਿਆ ਮਗਰ ਪਰਿਵਾਰ ਦੀ ਵੀ ਨਹੀਂ ਬਾਹ ਫੜਦਾ ਇੱਕ ਗੱਲ ਹੋਰ ਆ ਬਈ ਕਮੇਟੀਆਂ ਦਾ ਨਾ ਕੋਈ ਖਾਂਦਾ ਨਾ ਪੀਂਦਾ ਜੇ ਲੋਕ ਤੁਰੇ ਆ ਜਿਹੜੇ ਸਮਾਜ ਦੇ ਮਤਲਬ ਫਿਕਰਮੰਦ ਆ ਉਹ ਤੁਰੇ ਹੋਏ ਹੈਗੇ ਵੀ ਸਾਡੇ ਤੀਕਰ ਚੁੱਲ੍ਹਿਆਂ ਤੱਕ ਅੱਗ ਆਉਣੀ ਆ ਆਉਣੀ ਸਾਰਿਆਂ ਤੱਕ ਹੈ ਮੇਰੇ ਬਾਈ ਅੱਜ ਸਾਨੂੰ ਹੌਸਲਾ ਦਿਓ ਆ ਕੇ ਸਾਡੇ ਨਾਲ ਬੈਠੋ ਤਾਂ ਕਿ ਆ ਪੁੱਤ ਨੂੰ ਆਪਾਂ ਬਣਦਾ ਇਨਸਾਫ਼ ਦਵਾ ਸਕੀਏ ਬਈ ਸਾਰੇ ਲੋਕਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਤੇ ਮਾਤਾਵਾਂ ਨੂੰ ਵੀ ਜਿਹੜੀ ਅੱਜ ਬਿਮਾਰੀ ਹੈ ਜਿਹੜੀ ਸਾਡੇ ਬਿੱਲੀ ਆ ਨਾ ਸਾਹਮਣੇ ਖੜੀ ਹੈ ਤੇ ਕਬੂਤਰ ਵਾਂਗੂ ਅੱਖਾਂ ਮੀਚਿਆਂ ਗੱਲ ਨਹੀਂ ਬਣਨੀ ਵੀ ਅੱਖਾਂ ਮੀਚਣੀਆਂ ਸ਼ਾਇਦ ਬਿੱਲੀ ਟਲ ਗਈ ਜਾਂ ਖਤਰਾ ਟਲ ਗਿਆ ਖਤਰਾ ਸਾਡੇ ਉੱਤੇ ਹੈ ਜਾਂ ਤਾਂ ਅੱਜ ਆ ਜਾਓ ਜੇ ਤਾਂ ਲੜਨਾ ਨਹੀਂ ਤਾਂ ਪੁੱਤਾਂ ਦੀਆਂ ਲਾਸ਼ਾਂ ਚੱਕਣ ਲਈ ਤਿਆਰ ਰਹੋ ਨਿੱਤ ਚੱਕਦੇ ਆ ਨਵੇਂ ਦਿਨ ਹੋਰ ਵਧਣਗੀਆਂ ਬਸ ਆਹੀ ਬੇਨਤੀ ਹੈ ਵੀ ਅੱਜ ਹੁਣ ਲਾਸਟ ਹੀ ਹੈ ਇਮਤਿਹਾਨ ਪਿਆ ਆਪਾਂ ਨੂੰ ਤੇ ਆ ਕੇ ਇਸ ਮੈਸਟਰ ਆਪਾਂ ਜਿਹੜਾ ਇਮਤਿਹਾਨ ਪੇਪਰ ਪਿਆ ਉਹਨੂੰ ਜਿੱਤ ਲਈਏ ਜਿੰਨੇ ਛੇਤੀ ਆ ਸਕਦੇ ਹੋ ਜਿਹੜੇ ਪਿੰਡਾਂ 'ਚ ਹਜੇ ਵੀ ਬੈਠੇ ਹੋ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਜਿਹੜੇ ਸਾਧਨਾਂ ਆ ਸਕਦੇ ਆ ਉਹ ਰਾਮਪਰੇ ਮੌੜ ਚੌਂਕ ਆ ਜਿਹੜਾ ਆਪਣਾ ਨੈਸ਼ਨਲ ਹਾਈਵੇ ਦਾ 7 ਦਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਬਸ ਅਸੀਂ 1 ਘੰਟੇ ਤੋਂ ਪਹਿਲਾਂ ਇੱਥੋਂ ਚਾਲੇ ਪਾ ਦਿੰਦੇ ਜੀ ਵਾਹਿਗੁਰੂ ਜੀ ਕੀ ਫਤਿਹ